ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਸਾਡੇ ਚੈਨਲ ਆਈਲਟ 7 'ਤੇ। ਲੈ ਕੇ ਆ ਚੁੱਕਿਆ ਤੁਹਾਡੇ ਲਈ ਇੱਕ ਹੋਰ ਬਹੁਤ ਹੀ ਜ਼ਿਆਦਾ ਹੋਰ ਇਨਫੋਰਮੇਟਿਵ ਵੀਡੀਓ। ਇਸ ਵੀਡੀਓ ਵਿੱਚ ਗੱਲ ਕਰਾਂਗੇ ਕੈਨੇਡਾ ਸਰਕਾਰ ਵੱਲੋਂ ਜੋ PR ਨੂੰ ਲੈ ਕੇ ਇੱਕ ਨਵੇਂ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਹੈ, ਉਹਦੇ ਸੰਬੰਧ ਵਿੱਚ ਗੱਲ ਕਰਾਂਗੇ। ਤਾਂ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਣਾ ਅਤੇ ਵੀਡੀਓ ਕਾਫ਼ੀ ਇੰਪੋਰਟੈਂਟ ਹੈ। ਜੇਕਰ ਚੈਨਲ 'ਤੇ ਨਵੇਂ ਹੋ ਸਬਸਕ੍ਰਾਈਬ ਕਰ ਲੈਣਾ, ਬੈੱਲ ਆਈਕਨ ਨਾਲ ਜ਼ਰੂਰ ਦਬਾ ਲੈਣਾ, ਕਿਉਂਕਿ ਇੱਦਾਂ ਦੇ ਇਨਫੋਰਮੇਟਿਵ ਵੀਡੀਓਜ਼ ਤੁਹਾਡੇ ਇਸ ਚੈਨਲ 'ਤੇ ਹਰ ਰੋਜ਼ ਸ਼ੇਅਰ ਕਰਦੇ ਹਾਂ। ਕੋਈ ਵੀ ਅਪਡੇਟ ਆਉਂਦੀ ਉਹ ਵੀ ਸ਼ੇਅਰ ਕਰਦੇ ਹਾਂ, ਤਾਂ ਜ਼ਰੂਰ ਸਬਸਕ੍ਰਾਈਬ ਜ਼ਰੂਰ ਕਰ ਹੀ ਲੈਣਾ। ਤਾਂ ਚਲੋ ਬਿਨਾਂ ਤੁਹਾਡਾ ਸਮਾਂ ਬਰਬਾਦ ਕੀਤੇ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਤਾਂ ਕੈਨੇਡਾ ਸਰਕਾਰ ਵੱਲੋਂ ਜੋ ਨਵਾਂ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਸੀ, ਜਿਸ ਨਾਲ PR ਲੈਣਾ ਬਹੁਤ ਹੀ ਆਸਾਨ ਹੈ, ਉਹਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ 15,000 ਜੋ ਲੋਕਾਂ ਨੂੰ 2024 ਦੇ ਵਿੱਚ PR ਦੇਣਾ ਹੈ। ਇਸ ਪ੍ਰੋਗਰਾਮ ਦਾ ਨਾਮ ਹੈ ਕੇਅਰ ਗਿਵਰ ਵਾਸਤੇ ਪ੍ਰੋਗਰਾਮ ਹੈ। ਜੋ ਵੀ ਕੇਅਰ ਗਿਵਰ ਨੇ, ਜਿੱਦਾਂ ਕਿ ਹੋਮ ਚਾਈਲਡ ਕੇਅਰ, ਹੋਰ ਵੀ ਜਿਹੜੇ ਨੇ, ਮਤਲਬ ਜੋ ਘਰ ਵਿੱਚ ਬਜ਼ੁਰਗਾਂ ਦੀ ਸੰਭਾਲ ਕਰਦੇ ਆ, ਬੱਚਿਆਂ ਸੰਭਾਲ ਕਰਦੇ ਆ, ਨੈਨੇਸ ਹੋ ਗਏ, ਅਤੇ ਹੋਰ ਵੀ ਜੋ ਵੀ ਇਸ ਕੈਟਾਗਰੀ ਵਿੱਚ ਆਉਂਦੇ ਆ ਜੋ ਕਿ ਕੇਅਰ ਗਿਵਰ ਹੁੰਦੇ ਆ, ਉਹਨਾਂ ਵਾਸਤੇ ਇਹ ਪ੍ਰੋਗਰਾਮ ਹੈ ਸਪੈਸ਼ਲ। ਅਤੇ ਇਹਦਾ ਜਿਹੜਾ ਐਲੀਜੀਬਿਲਟੀ ਦਾ ਕ੍ਰਾਈਟੀਰੀਆ, ਉਹਦੇ ਬਾਰੇ ਵੀ ਗੱਲ ਕਰਾਂਗੇ। ਤਾਂ ਪਹਿਲਾਂ ਦੱਸਦੇ ਹਾਂ, ਇਸ ਪ੍ਰੋਗਰਾਮ ਵਿੱਚ ਲੋਕਾਂ ਉਹਨਾਂ ਦਾ ਸਰਕਾਰ ਦਾ ਕਹਿਣਾ ਹੈ, ਕੈਨੇਡਾ ਸਰਕਾਰ ਦਾ, ਕਿ 15,000 ਜੋ ਲੋਕ ਨੇ ਇਸ ਪ੍ਰੋਗਰਾਮ ਦੇ ਰਾਹੀਂ PR ਹੋਣਗੇ ਅਤੇ ਇਹਦਾ ਲਾਹਾ ਲੈ ਸਕਣਗੇ। ਹੋਰ ਕੋਈ ਵੀ ਇਹਦੇ ਲਈ ਜ਼ਰੂਰਤ ਨਹੀਂ ਹੈ, ਨਾ ਕਿਸੇ ਫੰਡ ਦੀ, ਨਾ ਕਿਸੇ ਹੋਰ ਚੀਜ਼ ਦੀ। ਇਹਦੇ ਜਿਹੜੇ ਰਿਕੁਆਇਰਮੈਂਟਸ ਨੇ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਸਭ ਤੋਂ ਪਹਿਲਾਂ ਤੁਹਾਨੂੰ ਕੀ ਚਾਹੀਦਾ ਹੈ? ਸਭ ਤੋਂ ਪਹਿਲਾਂ ਤੁਹਾਡੇ ਕੋਲ ਇੱਕ Level 5 ਦਾ ਇੰਗਲਿਸ਼ ਪ੍ਰੋਫੀਸ਼ੀਐਂਸੀ ਟੈਸਟ ਹੋਣਾ ਚਾਹੀਦਾ ਹੈ, ਜਿੱਦਾਂ ਕਿ IELTS ਹੋ ਗਿਆ, ਉਹ ਹੋਣਾ ਚਾਹੀਦਾ ਹੈ। ਅਤੇ ਘੱਟ ਤੋਂ ਘੱਟ ਤੁਸੀਂ 12ਵੀਂ ਪਾਸ ਤਾਂ ਹੋਣੇ ਹੀ ਚਾਹੀਦੇ ਹੋ। ਉਸ ਤੋਂ ਬਾਅਦ ਤੁਹਾਡੇ ਕੋਲ 2 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਹੈ। ਐਕਸਪੀਰੀਅੰਸ, ਅਸੀਂ ਗੱਲ ਮੰਨਦੇ ਹਾਂ ਕਿ ਐਕਸਪੀਰੀਅੰਸ ਸਭ ਕੋਲ ਨਹੀਂ ਹੁੰਦਾ, ਪਰ ਪੰਜਾਬ ਵਿੱਚ ਕਿਸੇ ਵੀ ਤਰ੍ਹਾਂ ਦਾ ਤੁਸੀਂ ਐਕਸਪੀਰੀਅੰਸ ਬਣਵਾ ਹੀ ਸਕਦੇ ਹੋ। ਇਹ ਤਾਂ ਤੁਹਾਨੂੰ ਸਭ ਨੂੰ ਪਤਾ ਹੀ ਹੈ, ਕਿਸੇ ਨੂੰ ਵੀ ਕੁਝ ਦੱਸਣ ਦੀ ਲੋੜ ਨਹੀਂ ਹੈ। ਬਾਕੀ ਜੇ ਤੁਹਾਡੇ ਕੋਲ ਜੈਨੂਨ ਐਕਸਪੀਰੀਅੰਸ ਹੈ ਤਾਂ ਬਹੁਤ ਹੀ ਜ਼ਿਆਦਾ ਵਧੀਆ ਗੱਲ ਹੈ, ਕਿਉਂਕਿ ਤੁਹਾਨੂੰ ਫਿਕਰ ਕਿਸੇ ਵੀ ਚੀਜ਼ ਦੀ, ਫੇਕ ਚੀਜ਼ ਬਣਵਾਉਣ ਦੀ ਜ਼ਰੂਰਤ ਨਹੀਂ ਹੋਵੇਗੀ। ਤਾਂ ਇੱਕ ਹੋ ਗਿਆ ਤੁਹਾਡੇ ਕੋਲ 2 ਸਾਲ ਦਾ ਐਕਸਪੀਰੀਅੰਸ, ਅਤੇ ਇੱਕ ਤੁਹਾਨੂੰ ਆਫਰ ਲੈਟਰ ਚਾਹੀਦਾ ਹੈ। ਆਫਰ ਲੈਟਰ ਤੁਹਾਨੂੰ ਮਿਲ ਜਾਏਗਾ, ਉਹ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ, ਉਹ ਤੁਸੀਂ ਕਿਸੇ ਨੂੰ ਵੀ ਕਹਿ ਕੇ ਮੰਗਵਾ ਸਕਦੇ ਹੋ, ਜੋਬ ਆਫਰ ਦਾ ਲੈਟਰ। ਤਾਂ ਇਹ ਜੋ ਰਿਕੁਆਇਰਮੈਂਟਸ ਨੇ, ਇਹ ਇਸ ਪ੍ਰੋਗਰਾਮ ਲਈ ਜ਼ਰੂਰੀ ਨੇ। ਤਾਂ ਇਹ ਰਿਕੁਆਇਰਮੈਂਟਸ ਕੋਈ ਜ਼ਿਆਦਾ ਔਖੇ ਨਹੀਂ ਹੈ ਫੁਲਫਿਲ ਕਰਨੀਆਂ, ਕਿਉਂਕਿ ਇਹ ਪ੍ਰੋਗਰਾਮ ਬਹੁਤ ਹੀ ਜ਼ਿਆਦਾ ਵਧੀਆ ਪ੍ਰੋਗਰਾਮ ਹੈ। ਨਾਲੇ ਇੱਕ ਤਾਂ ਜੋਬ ਬਹੁਤ ਸੌਖੀ ਹੈ, ਅਤੇ ਉਸ ਤੋਂ ਉੱਤੋਂ ਦੀ ਤੁਹਾਨੂੰ ਸਿੱਧੀ PR ਜੋ ਹੈ ਉਹ ਕੈਨੇਡਾ ਤੁਹਾਨੂੰ ਸਿੱਧੀ ਪ੍ਰੋਵਾਈਡ ਕਰੇਗੀ। ਇਸ ਪ੍ਰੋਗਰਾਮ ਦੇ ਅਧੀਨ ਸਾਲ 2024 ਵਿੱਚ ਉਹਨਾਂ ਨੇ 15,000 ਲੋਕਾਂ ਨੂੰ PR ਦੇਣ ਦਾ ਫੈਸਲਾ ਕੀਤਾ। ਤਾਂ ਇਹ ਪ੍ਰੋਗਰਾਮ ਬਹੁਤ ਹੀ ਲਾਹੇਵੰਦ ਹੋ ਸਕਦਾ ਲੋਕਾਂ ਲਈ। ਤੁਸੀਂ ਜਲਦੀ ਤੋਂ ਜਲਦੀ ਇਸ ਪ੍ਰੋਗਰਾਮ ਨੂੰ ਅਪਲਾਈ ਕਰੋ, ਅਤੇ ਐਲੀਜੀਬਿਲਟੀ ਦਾ ਜੋ ਕ੍ਰਾਈਟੀਰੀਆ ਉਹਨੂੰ ਪੂਰਾ ਕਰੋ, ਤਾਂ ਕਿ ਤੁਹਾਨੂੰ ਸਿੱਧੀ PR ਮਿਲ ਸਕੇ। ਤਾਂ ਇਹ ਸੀ ਅੱਜ ਦੀ ਵੀਡੀਓ। ਜੇਕਰ ਵੀਡੀਓ ਚੰਗੀ ਲੱਗੀ ਹੋਵੇ, ਇਹਨੂੰ ਸ਼ੇਅਰ ਕਰ ਦੇਣਾ ਆਪਣੇ ਦੋਸਤਾਂ ਨਾਲ, ਅਤੇ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਚੈਨਲ 'ਤੇ ਇੱਦਾਂ ਦੇ ਵੀਡੀਓਜ਼ ਲਈ, ਅਤੇ ਸਾਨੂੰ ਵੀ ਮੋਟੀਵੇਸ਼ਨ ਮਿਲੇਗੀ ਜੇਕਰ ਸਬਸਕ੍ਰਾਈਬ ਕਰੋਗੇ। ਤਾਂ ਜਲਦੀ ਮਿਲਦੇ ਨਵੀਂ ਵੀਡੀਓ ਵਿੱਚ। ਧੰਨਵਾਦ।